ਸਰਕਾਰ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਕੋਰਿਡੋਰ ਬਣਾਉਣ ਦਾ ਐਲਾਨ ਸ਼ਲਾਘਾਯੋਗ ਹੈ। ਇਹ ਵਿਚਾਰ ਸਾਂਸਦ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਬਟਾਲਾ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ। ਉਹਨਾਂ ਆਖਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਜਾਣ ਨਾਲ ਸੰਗਤ ਨੂੰ ਬਹੁਤ ਲਾਭ ਹੋਵੇਗਾ ਅਤੇ ਸੰਗਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰ ਪਾਏਗੀ। ਵਿਧਾਇਕ ਫਤਿਹਜੰਗ ਸਿੰਘ ਬਾਜਵਾ, ਵਿਧਾਇਕ ਬਲਵਿੰਦਰ ਸਿੰਘ ਲਾਡੀ, ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਸਮੇਤ ਕਈ ਲੋਕ ਮੌਜੂਦ ਸਨ। ਸਭ ਤੋਂ ਪਹਿਲਾਂ ਤਾਂ ਕਰਤਾਰ ਨੂੰ ਹੈ, ਉਸ ਮਾਲਕ ਨੂੰ ਹੈ, ਉਹਨਾਂ ਦੀ ਜੋ ਕਿਰਪਾ ਇੱਥੇ ਹੋਈ ਹੈ। ਉਹਦੇ ਬਾਅਦ ਮੈਂ ਸਮਝਦਾ ਹਾਂ ਵੀ ਜਿਹੜੀ ਸਹੀ ਮੌਕੇ 'ਤੇ ਸਹੀ ਗੱਲ ਕਹੀ ਗਈ, ਜਿਹੜੀ ਜਾ ਕੇ ਉਹਨਾਂ ਨੇ ਨਵਜੋਤ ਸਿੱਧੂ ਹੋਰਾਂ ਨੇ ਉੱਥੇ ਮੌਕੇ 'ਤੇ ਗੱਲ ਕੀਤੀ, ਇਟ ਵਾਜ਼ ਔਨ ਅ ਬੈਕ ਬਰਨਰ, ਉਹ ਇਸ਼ੂ ਜਿਹਨੂੰ ਕੋਈ ਚੱਕ ਨਹੀਂ, ਜਿਹੜੇ ਠੰਡੇ ਬਸਤੇ 'ਚ ਪੈ ਗਿਆ ਸੀ। ਸਾਡੀ ਆਪਣੀ ਸਰਕਾਰ ਨੇ ਬਹੁਤ ਪਹਿਲਾਂ ਲਿਖ ਕੇ ਭੇਜਿਆ ਸੀਗਾ, ਕੈਪਟਨ ਸਾਹਿਬ ਨੇ ਪਰਸੂ ਕੀਤਾ ਸੀਗਾ, ਇਹਨਾਂ ਨੇ ਵੀ ਇੱਕ ਇਹਨਾਂ ਦੇ ਟਾਈਮ 'ਚ ਵੀ ਮਤਾ ਪੈ ਕੇ ਗਿਆ ਸੀਗਾ। ਸਾਡੇ ਵਾਲੀ ਜਿਹੜੀ ਕੇਂਦਰ ਸਰਕਾਰ ਹੈ, ਇਹ ਠੰਡੇ ਬਸਤੇ 'ਚ ਬੈਠੇ ਸੀ, ਕਿਸੇ ਨੂੰ ਯਾਦ ਚੇਤੇ ਨਹੀਂ ਸੀ। ਜਿਹੜੀ ਦੇਖੋ ਉਸ ਮਸਲੇ ਨੂੰ ਸਰਕਾਰ 'ਚ ਕੀ ਕਰਦੇ, ਲੀਡਰ ਦਾ ਕੀ ਕੰਮ ਹੁੰਦਾ ਸਾਹਿਬ? ਅਗਰ ਤੁਸੀਂ ਕਹੋ ਵੀ ਸੁਨੀਲ ਜਾਖੜ ਤੂੰ ਅਪੋਜੀਸ਼ਨ 'ਚ ਐਮ ਪੀ ਹੈ, ਜਾ ਕੇ ਕੀ ਕਰ ਦੇਗਾ ਪਾਰਲੀਮੈਂਟ 'ਚ? ਸਰਕਾਰ ਤਾਂ ਉਹਨਾਂ ਦੀ ਹੈ, ਬਟ ਆਈ ਕੈਨ ਆਲਵੇਸ ਫਲੈਗ ਇਸ਼ੂ। ਆਹ ਇਸ਼ੂ ਹੈ, ਉਹਨਾਂ ਨੇ ਜਾ ਕੇ ਇਸ਼ੂ ਫਲੈਗ ਕੀਤਾ, ਉਹਨਾਂ ਨੇ ਨਾਲ ਦੀ ਨਾਲ ਚੱਕ ਲਿਆ। ਸਾਡੇ ਚੀਫ ਮਿਨਿਸਟਰ ਸਾਹਿਬ ਸਤਿਕਾਰਯੋਗ ਆ, ਉਹਨਾਂ ਨੇ ਪ੍ਰੋਸੀਜਰਲ ਜਿਹੜੀ ਗੱਲ ਕੀਤੀ ਵੀ ਉਹਦੇ ਨਾਲ ਸਾਡੇ ਫੌਜੀਆਂ ਨੂੰ ਠੇਸ ਪਹੁੰਚੀ ਹੈ। ਬਟ ਗੱਲ ਅੱਜ ਇਲਜ਼ਾਮ ਤਾਂ ਅੱਜ ਵੀ ਲੱਗ ਰਿਹਾ ਵੀ ਨਾ ਖੋਲੋ ਜੀ, ਉੱਥੇ ਜਾ ਕੇ ਸਾਡੇ ਬੰਦਿਆਂ ਨੂੰ ਬਰਗਲਾ ਲੈਣਗੇ, ਇਲਜ਼ਾਮ ਚੱਲਣਗੇ ਸਾਹਿਬ। ਬਟ ਸਭ ਤੋਂ ਵੱਡੀ ਗੱਲ ਹੈ ਵੀ ਅੱਜ ਉਹ ਗੱਲ ਜਿਹੜੀ ਹੈ, ਕੈਪਟਨ ਸਾਹਿਬ ਜਦੋਂ ਲਾਂਘਾ ਰੱਖਣਗੇ, ਮੈਂ ਸਮਝਦਾ ਉਹਦੇ ਵਿੱਚ ਕ੍ਰੈਡਿਟ ਜਿਹੜਾ ਹੈ, ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ, ਕ੍ਰੈਡਿਟ ਜਾਂਦਾ ਹੁਣ ਅੱਜ ਦੇ ਦਿਨ ਦੋਨਾਂ ਸਰਕਾਰਾਂ ਨੂੰ ਵੀ, ਇਹਨਾਂ ਨੇ ਉਸ ਮੌਕੇ ਦੀ ਨਜ਼ਾਕਤ ਨੂੰ ਸਮਝ ਕੇ ਜੇ ਆਹ ਕੰਮ ਜਿਸ ਦਿਨ ਮਿਲ ਕੇ ਆਇਆ ਸੀ, ਆਹ ਸਾਡੇ ਵਾਲੀ ਸਰਕਾਰ ਚਿੱਠੀ ਉਸੇ ਦਿਨ ਵੀ ਕੱਢ ਸਕਦੀ ਸੀਗੀ, ਕਿਉਂ ਨਹੀਂ ਕੱਢਿਆ? ਆ ਜਿਹੜੀ ਤੁਸੀਂ ਕ੍ਰੈਡਿਟ ਵਾਲਾ ਗੱਲ ਪਾ ਦਿੰਦੇ ਹੋ ਨਾ, ਕ੍ਰੈਡਿਟ ਕਰਕੇ ਉਹ ਪਾ 2 ਮਹੀਨੇ ਪਾ ਗਏ, ਨਹੀਂ ਤਾਂ ਉਸ ਤੋਂ ਪਹਿਲਾਂ ਨਿਬੜਿਆ ਹੋਣਾ ਸੀ ਕੰਮ। ਹੁਣ ਅੰਮ੍ਰਿਤਸਰ ਦੇ ਵਿੱਚ ਜਿਹੜੀ ਬਹੁਤ ਹੀ ਮੰਦਭਾਗੀ ਘਟਨਾ ਹੋਈ, ਜਿਸ ਕਿਸਮ ਦਾ ਟੈਰਰਿਸਟ ਅਟੈਕ ਕਰਵਾਉਣ ਦੀ ਕੋਸ਼ਿਸ਼ ਆ ਜਿਹੜੀ ਹੋਈ ਹੈ, ਉਹਨਾਂ 'ਤੇ ਨੱਥ ਪਾ ਕੇ ਮੈਂ ਸਮਝਦਾ ਇੱਕ ਸ਼ਾਂਤੀਪੂਰਕ ਮਾਹੌਲ ਦੇ ਅੰਦਰ ਪੰਜਾਬ ਵੀ ਡਿਵੈਲਪ ਕਰੂਗਾ। ਉਹਦੇ ਬਾਅਦ ਅਗਰ ਨੈਕਸਟ ਸਟੈਪ ਜਿਹੜਾ ਸਾਡਾ ਹੋਊਗਾ ਵੀ ਸਾਡਾ ਜਿਹੜਾ ਵਾਹਗਾ ਬਾਰਡਰ ਦੇ ਉੱਤੇ ਟ੍ਰੇਡ ਹੈ ਉਹਨੂੰ ਐਕਸਪੈਂਡ ਕੀਤਾ ਜਾਵੇ। ਕਿਉਂ ਨਹੀਂ ਸਾਡੇ ਜਿਹੜੇ ਸਾਡੀ ਜਿਹੜੀ ਦੇਖੋ ਬਟਾਲਾ ਵੀ ਉਹਦੇ ਵਿੱਚ, ਬਟਾਲਾ ਇਜ਼ ਪਾਰਟ ਆਫ ਜਿਹੜੀ ਆ ਡਿਵੈਲਪਮੈਂਟ, 550 ਸਾਲਾ ਬਣਾ ਰਹੇ ਹਾਂ ਉਹਦੇ ਵਿੱਚ, ਸਾਡਾ ਬਟਾਲਾ ਵੀ ਬਿਲਕੁਲ ਬਾਬੇ ਦਾ, ਜਦੋਂ ਵਿਆਹ ਦੀ ਇੱਥੇ ਗੱਲ ਕਰੀ ਜਾਂਦੇ, ਬਾਬੇ ਦਾ ਬਿਲਕੁਲ ਚਰਨ ਛੋਹ ਧਰਤੀ ਛੋੜ ਪਾ, ਉਹਨਾਂ ਦਾ ਆਪ ਦਾ ਆਹ ਸ਼ਹਿਰ ਹੈ ਜਿਹਦੀ ਡਿਵੈਲਪਮੈਂਟ ਉਸ ਪੱਖੋਂ ਵੀ ਅਤੇ ਇੰਡਸਟਰੀ ਵਾਲੇ ਪੱਖੋਂ ਵੀ, ਜਦੋਂ ਸਾਡੀ ਇੱਥੋਂ ਟ੍ਰੇਡ ਖੁੱਲ੍ਹਣ ਦੀ ਹੈ, ਮਾਹੌਲ ਵਧੀਆ ਹੋ ਜਾਂਦਾ ਪਾਕਿਸਤਾਨ ਦੇ ਨਾਲ, ਨੈਕਸਟ ਸਟੈਪ ਵੁੱਡ ਵੀ ਇੱਥੋਂ ਸਾਡੀ, ਅੱਜ ਦੇ ਦਿਨ ਸ਼ੂਗਰ ਮਿੱਲਾਂ ਕਿਉਂ ਗਏ, ਸ਼ੂਗਰ ਦਾ ਸਟੋਕ ਇੱਥੇ ਭਰਿਆ ਪਿਆ, ਉਹ ਬਾਹਰੋਂ ਇੰਪੋਰਟ ਕਰਦੇ ਫਿਰਦੇ, ਇੱਥੋਂ ਸਾਡਾ ਕਣਕ ਇੱਥੇ ਸਾਡੇ ਚੂਹੇ ਨਹੀਂ ਖਾਂਦੇ, FCI 'ਚ ਰੁਲਦੀ ਫਿਰਦੀ ਹੈ, ਮੀਂਹ 'ਚ ਬਾਹਰ ਪਈ ਹੈ, ਉਹ ਬਾਹਰੋਂ ਮੰਗਾਉਂਦੇ ਫਿਰਦੇ, ਅਸੀਂ ਇੱਥੋਂ ਐਕਸਪੋਰਟ ਕਰਦੇ ਹਾਂ। ਸੋ ਓਪਰਚੁਨਿਟੀਜ਼ ਆਰ ਲਿਮਿਟਲੈਸ,